ਅਸਲਾਮ ਅਲੈਕੁਮ ਬਾਜੀ ਜੀ, ਸੁਣਿਆ ਕਾ ਮੇਰੀ ਗੱਲ ਪੱਕੀ ਕਰ ਲਈ? ਜੀ ਅੱਲਾ ਦਾ ਸ਼ੁਕਰ। ਉੱਥੇ ਕੀਤੀ ਤੇ ਜਿੱਥੇ ਪਸੰਦ ਸੀ ਉਹਨਾਂ? ਨਹੀਂ ਨਹੀਂ, ਪਸੰਦ ਕੀ ਸ਼ਾਦੀ ਕੀ, ਤੁਮੇ ਹੱਕ ਮੇ ਨਹੀਂ ਹੂੰ। ਨਹੀਂ ਨਹੀਂ ਨਹੀਂ, ਤੋਬਾ 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 ਤੋਬਾ। ਉਹ ਕਿਉਂ? ਉਹ ਜੀ, ਮੇਰੀ ਤਾਂ ਸ਼ੁਰੂ ਤੋਂ ਖੁਆਇਸ਼ ਸੀ ਬਹੂ ਜੋ ਹੋਣੀ ਚਾਹੀਏ ਡਾਕਟਰ ਹੀ ਹੋਣੀ ਚਾਹੀਏ, ਤੇ ਬੜੀ ਮੁਸ਼ਕਿਲ ਸੇ ਡਾਕਟਰ ਕਾ ਇੱਕ ਰਿਸ਼ਤਾ ਢੂੰਡਾ ਹੈ, ਕਿਉਂਕਿ ਬਹੂ ਅਗਰ ਡਾਕਟਰ ਨਾ ਹੋ ਤਾਂ ਰਿਸ਼ਤਾ ਕਰਨਾ ਹੀ ਨਹੀਂ ਹੈ। ਜਾਂ ਤਾਂ ਬਹੂ ਡਾਕਟਰ ਹੋ ਜਾਂ ਤਾਂ ਨਾ ਹੋ। ਅੱਛਾ, ਜੋ ਵੀ ਹੋਏ ਨਾ ਡਾਕਟਰ ਚਾਹੀਦੀ ਹੈ? ਹਾਂਜੀ ਹਾਂਜੀ, ਡਾਕਟਰ ਹੀ ਚਾਹੀਦੀ ਜੇ। ਕੋਈ ਸਿਰ ਪਰ ਹੁੰਦੀ ਜੇ? ਨਹੀਂ। ਜਾਂ ਕੋਈ ਜੋਰਾਂ 'ਚ ਦਰਦ ਰਹਿੰਦੀ ਜੇ? ਨਹੀਂ ਜੀ। ਕੋਈ ਪੇਟ 'ਚ ਗੜਬੜ ਰਹਿੰਦੀ ਜੇ? ਨਾ 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 ਨਾ। ਨਹੀਂ ਤੇ ਫਿਰ ਕਿਉਂ ਡਾਕਟਰ ਚਾਹੀਦੀ ਜੇ? ਉਹ ਬਹੁਤ ਨਹੀਂ, ਕਿਤੇ ਚੱਲਦੇ ਚੱਲਦੇ ਡਿੱਗ ਪੈਂਦੇ ਜੇ? ਨਹੀਂ ਜੀ। ਕੋਈ ਨੀਂਦਰਾ ਉੱਡ ਗਈ ਜੇ? ਨਹੀਂ। ਜਾਂ ਕੋਈ ਆਪਣਾ ਕਲੀਨਿਕ ਖੋਲ ਲਾ ਜੇ? ਨਾ 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 ਨਾ। ਨਹੀਂ ਤੇ ਫਿਰ ਕਿਉਂ ਚਾਹੀਦੀ ਹੈ ਡਾਕਟਰੀ? ਡਾਕਟਰਾਂ ਦੀ ਫੀਸ ਪਹੁੰਚਾਣੀ ਜੇ? ਓਹੋ, ਤੁਹਾਨੂੰ ਉਲਟੀਆਂ ਦੀ ਜਗ੍ਹਾ ਸਿੱਧੀਆਂ ਤੇ ਨਹੀਂ ਆਉਣ ਲੱਗੀ ਆ? ਨਹੀਂ ਬਾਜੀ, ਸਭ ਕੁਝ ਖੈਰੀਅਤ ਸੇ ਹੈ। ਕਿਤੇ ਭਾਬੀ ਨੇ ਕਸੂਲ ਮਾਰ ਕੇ ਦੰਦ ਨਹੀਂ ਪੁੱਠੇ ਸਿੱਧਾ ਕਰ ਦਿੱਤੇ? ਉਹ ਬਾਜੀ, ਕਿਆ ਹੋ ਗਿਆ ਆਪਕੋ? ਇਹ ਅੱਖਾਂ 'ਚ ਤੀਰਾ ਆ ਗਿਆ ਜੇ? ਅੱਲਾ ਮਾਫੀ ਕਰੇ, ਧੋਖੜ ਗਈ ਜੇ? ਉਹ ਨਹੀਂ, ਕੁੜਤੇ ਫੇਫੜੇ ਦਿਲ ਦਿਮਾਗ ਸਭ ਕਾਇਮ ਨੇ ਲਾ। ਹਾਂਜੀ, ਸਭ ਕੁਝ ਆਪਣੀ ਜਗ੍ਹਾ ਤੇ ਹੈ। ਹਾਂ ਤੇ ਫਿਰ ਡਾਕਟਰ ਹੀ ਕਿਉਂ ਚਾਹੀਦੀ ਜੇ? ਬਾਜੀ ਇੱਕ ਮਿੰਟ ਹੋਲਡ ਕਰੇ, ਬਸ ਇੱਕ ਮਿੰਟ ਹੋਲਡ ਕਰੇ। ਉਹ ਕਾਮੀ ਬੇਟੇ। ਹਾਂਜੀ ਅਬੂ ਜੀ। ਬੇਟਾ ਆ ਜਾਓ, ਇਧਰ ਆ ਜਾਓ। ਓਹ ਹੋ ਹੋ ਹੋ, ਜਹਾਂ ਤੁਮੇ ਪਸੰਦ ਥੀ ਨਾ ਸ਼ਾਦੀ ਕਰ ਲੋ। ਵੋ ਤੋ ਨਹੀਂ ਨਹੀਂ, ਮੈਂ ਔਰ ਕੀ ਤੁਹਾਡੀ ਬਾਤ ਨਹੀਂ ਸੁਣਨੀ। ਡਾਕਟਰ ਵਾਲਾ ਕੈਂਸਲ? ਨਹੀਂ, ਬੜੋ ਕੇ ਅੱਗੇ ਜ਼ੁਬਾਨ ਨਹੀਂ ਚਲਾਤੇ, ਬਸ ਕਰ ਲੋ ਵਹਾਂ, ਬਾਤ ਖਤਮ। ਬਾਤ ਕੋ ਸਮਝਾ ਕਰੋ, ਯਹਾਂ ਫੋਨ ਪੇ ਮੇਰਾ ਸਾਰਾ ਆਪਰੇਸ਼ਨ ਹੋ ਗਿਆ, ਦਫਾ ਕਰੋ ਯਾਰ, ਇਹ ਡਾਕਟਰ ਵਾਲਾ ਰਿਸ਼ਤਾ ਖਤਮ ਕਰਾਓ। ਆਪਨੇ ਤਾਂ ਕਹਾ ਤਾ ਡਾਕਟਰ ਸੇ ਕਰਨੀ ਹੈ। ਹਾਂ ਹਾਂ, ਪਾ ਦਿਓ ਮੇਰੇ ਤੇ ਸਾਰਾ ਕੁਝ, ਮੈਂ ਹੀ ਜ਼ਿੱਦ ਲਾਈ ਹੋਈ ਸੀ। ਇੱਕ ਮਿੰਟ, ਇਧਰ ਆ ਇਧਰ ਆ। ਕਿੱਡਾ ਤੇਰਾ ਕਿਨੂਆਂ ਦੇ ਛਾਪਰ ਵਰਗਾ ਮੂੰਹ ਹੈ, ਆ ਫੜ ਛਿੱਤਰ, ਮਾਰੋ ਮੈਨੂੰ, ਮਾਰੋ। ਸਾਰੀ ਮੇਰੀ ਗਲਤੀ ਸੀ, ਹੱਦ ਹੋ ਗਈ ਹੈ ਯਾਰ। ਬਸ ਜਿੱਥੇ ਤੈਨੂੰ ਪਸੰਦ ਸੀ ਉੱਥੇ ਕੱਲ ਹੈ ਸ਼ਾਦੀ, ਸਮਝਲਾ ਸ਼ਾਦੀ ਵੀ ਹੋ ਗਈ, ਬਸ ਬੱਚਿਆਂ ਦੇ ਨਾਂ ਸੋਚੋ, ਖਤਮ। ਹੈਲੋ ਭਾਜੀ ਜੀ, ਸੋਰੀ ਤੁਹਾਨੂੰ ਥੋੜੀ ਦੇਰ ਹੋਲਡ ਤੇ ਰੱਖਿਆ ਜੇ। ਹੋਰ ਭਾਜੀ, ਤਬੀਅਤ ਵਗੈਰਾ ਠੀਕ ਹੈ? ਓਹੋ ਹੋ ਹੋ, ਐਸੀ ਕੈਸੀ ਤਬੀਅਤ ਠੀਕ ਹੈ, ਜੋ ਮੇਰੇ ਸਾਥ ਅੱਜ ਹੋ ਗਿਆ, ਮੈਨੂੰ ਤਾਂ ਲੱਗਦਾ ਮੇਰੇ 4 ਸਾਲ ਤੱਕ ਛੀਂਕ ਨਹੀਂ ਆਉਣ ਵਾਲੀ।